ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਾਨੂੰਵਾਨ ਦੇ ਪਿੰਡ ਪੱਟੀਆਂ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇੱਕ ਪਿਤਾ ਨੇ ਆਪਣੇ 6 ਸਾਲ ਦੀ ਬੱਚੀ ਨੂੰ ਇਸ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਕਿਉਂਕਿ ਬੱਚੀ ਚੁੱਪ ਨਹੀਂ ਹੋ ਰਹੀ ਸੀ। ਪਤਨੀ ਨਾਰਾਜ਼ ਹੋ ਕੇ ਪੇਕੇ ਚਲੀ ਗਈ ਸੀ। ਘਰ ਵਿੱਚ 3 ਬੇਟੀਆਂ ਨੇ, ਪਰ ਸਭ ਤੋਂ ਛੋਟੀ ਬੱਚੀ ਆਪਣੇ ਪੱਥਰ ਦਿਲ ਬਾਪ ਦੀ ਕਰੂਰਤਾ ਦਾ ਸ਼ਿਕਾਰ ਬਣੀ। ਪੁਲਿਸ ਦੀ ਪਕੜ ਵਿੱਚ ਆਈ ਮਾਸੂਮ ਬੱਚੀ ਦੇ ਕਾਤਲ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪਿੰਡ ਤੁਗਲਵਾਲ ਦੇ ਕੋਲ ਸਰਚ ਆਪਰੇਸ਼ਨ ਦੌਰਾਨ ਪੁਲਿਸ ਨੂੰ ਬੱਚੀ ਦੀ ਲਾਸ਼ ਤੈਰਦੀ ਹੋਈ ਵਿਖੀ ਤਾਂ ਗੋਤਾਖੋਰਾਂ ਦੀ ਮਦਦ ਨਾਲ ਬੱਚੀ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ। ਇਹਨੂੰ ਰਾਤ ਉਹਨੇ ਕਿਤੇ 9-10 ਵਜੇ ਕੁਛ ਉਹਨੇ ਦਾਰੂ ਪੀਤੀ ਸੀ, ਉਹਦੇ ਘਰਦਿਆਂ ਦੱਸਿਆ ਇਹਨੂੰ ਲਾਇਆ ਘਰੋਂ, ਅਤੇ ਉਹਦਾ ਭਰਾ ਵੀ ਕਿਤੇ ਪਿੱਛੇ ਆਇਆ, ਉਹਦੇ ਕਹਿੰਦਾ ਵੀ ਪਰ ਇਹਨੇ ਮੇਰੇ ਤੋਂ ਪਹਿਲਾਂ ਸੁੱਟ ਦਿੱਤੀ ਸੀ ਅਤੇ ਇਹ ਮੈਨੂੰ ਕਹਿੰਦਾ ਮੈਂ ਸੁੱਟਤੀ ਅਤੇ ਭੱਜ ਗਿਆ। ਅਤੇ ਹੁਣ ਇਹਦੇ ਸੰਬੰਧ ਵਿੱਚ ਪਹਿਲਾਂ ਹੀ ਆਲਰੇਡੀ ਜਿਹੜੀ FIR ਦਰਜ ਹੋ ਚੁੱਕੀ ਆ ਉਸ ਦੇ ਪਿਤਾ ਦੇ ਬਰਾਬਰ ਦੇ ਵਿਰੁੱਧ, ਅਤੇ ਹੁਣ ਜਿਹੜੀ ਅਗਲੀ ਕਾਰਵਾਈ ਜਿਹੜੀ ਆ ਉਹ ਕੰਪਲੀਟ।